ਪੰਜਾਬ ਦੇ ਜਲੰਧਰ ਵਿੱਚ ਕੱਲ 18 ਮਾਰਚ ਨੂੰ ਭਾਜਪਾ ਪੰਜਾਬ ਸਰਕਾਰ ਦੇ ਖਿਲਾਫ ਵਜਾਓ ਢੋਲ ਖੋਲੋ ਪੁਰ ਰੈਲੀ ਦਾ ਆਯੋਜਨ ਕਰ ਰਹੀ ਹੈ। ਜਲੰਧਰ ਦੇ ਸੂਰੀਆ ਇਨਕਲੇਵ ਵਿੱਚ ਇਸ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਨੇ। ਜਲੰਧਰ ਦੇ ਸੂਰੀਆ ਇਨਕਲੇਵ ਵਿੱਚ ਹੋ ਰਹੀ ਇਹ ਤਿਆਰੀਆਂ ਭਾਜਪਾ ਦੀ ਉਸ ਰੈਲੀ ਦੀਆਂ ਹਨ ਜੋ ਪੰਜਾਬ ਸਰਕਾਰ ਦੀ ਪੋਲ ਖੋਲਣ ਜਾ ਰਹੀਆਂ ਹਨ। ਇਸ ਰੈਲੀ ਵਿੱਚ ਕੱਲ ਪੂਰੇ ਪੰਜਾਬ ਵਿੱਚ ਭਾਜਪਾ ਨੇਤਾ ਅਤੇ ਕਰਮਚਾਰੀ ਪੁੱਜਣ ਵਾਲੇ ਹਨ। ਅੱਜ ਇੱਥੇ ਸੀਨੀਅਰ ਭਾਜਪਾ ਨੇਤਾ ਮਨੋਰੰਜਨ ਕਾਲੀਆ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਨੂੰ 1 ਸਾਲ ਹੋ ਚੁੱਕਿਆ ਹੈ, ਉਹਨਾਂ ਪੰਜਾਬ ਵਿੱਚ 1 ਵਚਨ ਵੀ ਪੂਰਾ ਨਹੀਂ ਕੀਤਾ, ਚਾਹੇ ਗੱਲ ਕਿਸਾਨਾਂ ਦੇ ਕਰਜ਼ ਦੀ ਹੋਵੇ ਜਾਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਹੋਵੇ। ਮਨੋਰੰਜਨ ਕਾਲੀਆ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਪੋਲ ਖੋਲਣ ਲਈ ਇਸ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਦੇ ਫਰੇਬ ਦੇ ਬਾਰੇ ਦੱਸਿਆ ਜਾਵੇ। ਕੱਲ ਹੋਣ ਵਾਲੀ ਇਸ ਰੈਲੀ ਵਿੱਚ ਪੂਰੇ ਪੰਜਾਬ ਵੱਲੋਂ ਪੰਜਾਬ ਨੇਤਾ ਅਤੇ ਕਰਮਚਾਰੀ ਪਹੁੰਚਣਗੇ। ਫਿਲਹਾਲ ਸੈਂਟਰ ਵੱਲੋਂ ਇਸ ਰੈਲੀ ਵਿੱਚ ਨੇਤਾ ਤਾਂ ਆਉਣਗੇ ਪਰ ਉਹਨਾਂ ਦਾ ਨਾਮ ਹੁਣੇ ਕਲੀਅਰ ਨਹੀਂ ਹੈ। ਸਰੀਏ ਰੈਲੀ ਜਲੰਧਰ ਵਿਖੇ ਕੀਤੀ ਜਾ ਰਹੀ ਹੈ ਕਿ ਕਾਂਗਰਸ ਸਰਕਾਰ ਨੂੰ 1 ਵਰੇ ਹੋ ਰਹੇ ਹੈ ਔਰ ਵਜਾਓ ਢੋਲ ਖੋਲੋ ਪੋਲ, ਕਿਉਂਕਿ 1 ਵਰੇ ਦੇ ਕਾਰਜਕਾਲ ਦੇ ਵਿੱਚ ਜਿਹੜੇ ਵਾਅਦੇ ਇਹਨਾਂ ਨੇ ਚੁਣਾਵ ਘੋਸ਼ਣਾ ਪੱਤਰ 'ਚ ਕੀਤੇ ਸੀਗੇ 1 ਵੀ ਵਾਅਦਾ ਪੂਰਾ ਨਹੀਂ ਕੀਤਾ ਔਰ ਲੋਕਾਂ ਨੂੰ ਛਲਿਆ, ਲੋਕਾਂ ਨਾਲ ਝੂਠ ਬੋਲਿਆ ਗਿਆ ਔਰ ਲੋਕਾਂ ਨਾਲ ਹਾਲੇ ਵੀ ਝੂਠ ਬੋਲਦੇ ਰਹੇ ਹੈ। ਔਰ ਤੁਸੀਂ ਇਹ ਦੇਖੋ ਕਿ ਜਿੱਥੇ ਕਹਿੰਦੇ ਕਿ ਅਸੀਂ ਰਿਲੀਫ ਦਿੱਤਾ ਉੱਥੇ ਇਹਨਾਂ ਨੇ ਖੋਇਆ ਜ਼ਿਆਦਾ। ਉਦਾਹਰਣ ਦੇ ਤੌਰ ਦੇ ਉੱਤੇ 5 ਰੁਪਏ ਪਰ ਯੂਨਿਟ ਇਲੈਕਟ੍ਰਿਸਿਟੀ ਕਹਿੰਦੇ ਅਸੀਂ ਇੰਡਸਟਰੀਜ਼ ਨੂੰ ਦੇਵਾਂਗੇ, ਚੁਣਾਵ ਘੋਸ਼ਣਾ ਪੱਤਰ ਦੇ ਵਿੱਚ ਇਹਨਾਂ ਨੇ ਕਿਹਾ ਸੀ ਔਰ ਇਹਨਾਂ ਨੇ ਕਿਹਾ ਅਸੀਂ ਰਿਲੀਫ ਦੇ ਦਿੱਤਾ, ਜਦਕਿ ਉਹ 8.25 ਰੁਪਏ ਪਰ ਯੂਨਿਟ ਜਿਹੜੀ ਹੈਗੀ ਇੰਡਸਟਰੀਜ਼ ਨੂੰ ਪੈ ਰਹੀ ਹੈ। ਕੀਤਾ ਕਿ ਇਲੈਕਟ੍ਰਿਸਿਟੀ ਡਿਊਟੀ ਵਧਾ ਦਿੱਤੀ, ਸੈਸ ਵਧਾ ਦਿੱਤਾ। ਸੋ ਇਸੇ ਤਰ੍ਹਾਂ ਜਿਹੜਾ ਹੈਗਾ ਕੈਪਟਨ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਮੰਨਿਆ ਕਿ ਜੀ ਅਸੀਂ 1,60,000 ਨੌਕਰੀਆਂ ਸਾਲ 'ਚ ਦਿੱਤੀਆਂ ਔਰ ਉਹਦੇ ਵਿੱਚ ਵੀ ਛਲਾਵਾ ਕਿ ਜਿਹੜੀਆਂ ਇੰਸਟੀਚਿਊਟ ਜਿਹੜੇ ਪ੍ਰੋਫੈਸ਼ਨਲ ਇੰਸਟੀਚਿਊਟਸ ਹੈਗੇ ਆ ਉਹ ਆਪਣਾ ਪਲੇਸਮੈਂਟਸ ਕਰਦੇ ਆ, ਜਦੋਂ ਪ੍ਰੋਫੈਸ਼ਨਲ ਗ੍ਰੈਜੂਏਟਸ ਜਿਹੜੇ ਨਿਕਲਦੇ ਆ ਤਾਂ ਉਹ ਜਿਹੜੇ ਨਵੇਂ ਆਪਣੇ ਜਿਹੜੇ ਇੰਸਟੀਚਿਊਟਸ ਹੁੰਦੇ ਹੈਗੇ ਆ ਉਹ ਉਹਨਾਂ ਨੂੰ ਕੈਸ਼ ਦੈਮ ਯੰਗ ਉੱਥੋਂ ਲੈਂਦੇ ਆ, ਨੌਕਰੀਆਂ 'ਤੇ ਰੱਖਦੇ ਆ। ਤਾਂ ਉਹ ਹੁਣ ਕਹਿੰਦੇ ਕਿ ਤੁਸੀਂ ਸਿੱਧੇ ਤੌਰ 'ਤੇ ਰੱਖ ਸਕਦੇ, ਸਰਕਾਰ ਆਪਣਾ ਬੋਰਡ ਲਾਊਗੀ, ਪ੍ਰੋਗਰਾਮ ਨਿਸ਼ਚਿਤ ਕਰੂਗੀ, ਉਦਘਾਟਨ ਕਰਾਂਗੇ ਅਤੇ ਫਿਰ ਉਹ ਪਾ ਕੇ 1,60,000 ਹੈ, ਜਦਕਿ 25 ਲੱਖ ਨੌਕਰੀਆਂ ਦੇਣ ਨੇ ਵਾਅਦਾ ਕੀਤਾ ਸੀ। ਇਹਦਾ ਮਤਲਬ 25 ਲੱਖ ਨੌਕਰੀਆਂ ਦਾ ਕਿ 5 ਲੱਖ ਨੌਕਰੀਆਂ 1 ਸਾਲ ਦੇ ਵਿੱਚ। ਇਸੇ ਤਰ੍ਹਾਂ ਕਿਸਾਨ ਕਰਜ਼ਾ ਮਾਫੀ ਦੇ ਉੱਤੇ ਕੋਈ ਜਿਹੜਾ ਹੈਗਾ ਉਹਨਾਂ ਨੇ ਸ਼ਰਤ ਨਹੀਂ ਲਗਾਈ ਸੀ ਪਹਿਲਾਂ ਕਿ ਸਾਰਿਆਂ ਦਾ ਕਰਜ਼ਾ ਮਾਫ਼। ਆਪ ਜੀ ਦੇਖ ਰਹੇ ਹੋ ਪਟਿਆਲਾ ਟੀਵੀ, ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੋਹਣੇ ਪੰਜਾਬ ਅਤੇ ਦੇਸ਼ ਨਾਲ, ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ।